हे फ्रेंड्स, वेलकम टू माय चैनल जिसका नाम है सिमरन पंजाबी। ये चैनल मैं खास तौर पे पंजाबी दे स्टूडेंट लिए बनाया जो एंटी एग्जाम की तैयारी कर रहे हैं ते इत्थे आके अपनी एग्जाम की तैयारी कर सकते हैं। इत्थे मैं तुहानू डिफरेंट टाइप दी इनफॉर्मेशन प्रोवाइड करवा रही हां जो तुहाडे एंटी एग्जाम वास्ते जरूरी है। सो तुसीं मेरे चैनल नूं सबसक्राइब जरूर कर लो, नाल दे नाल बैल आइकन नूं जरूर दबा लो तां जो तुहानू नोटिफिकेशन मिलदी रहे। नाल दे नाल तुसीं लाइक करो वीडियोस नूं एंड नाल दे नाल कमेंट करके दसो किस तरह दे लगदे पए ने। इस तों अलावा तुसीं मैनूं अनअकैडमी लर्निंग प्लेटफॉर्म उत्ते जाके फॉलो कर सकदे हो। उत्थे काफ़ी ज़्यादा मेरे कोर्स ਚੱਲਦੇ ਪਏ ਨੇ, ਉੱਥੇ ਜਾ ਕੇ ਤੁਸੀਂ ਮੇਰੀ ਵੀਡੀਓਜ਼ ਦੇਖ ਸਕਦੇ ਹੋ। ਸੋ ਟੌਪਿਕ ਜਿਹੜਾ ਅੱਜ ਅਸੀਂ ਕਰਨ ਜਾ ਰਹੇ ਹਾਂ, ਸਾਡਾ ਸਾਹਿਤ ਵਾਲਾ ਹੀ ਟੌਪਿਕ ਚੱਲਦਾ ਪਿਆ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਇਸ ਦੇ ਵਿੱਚ ਅੱਜ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਦਲਿਤ ਚਿੰਤਨ ਦਾ ਜਿਹੜਾ ਪਾਰਟ ਸੈਕਿੰਡ, ਠੀਕ ਹੈ। ਸੋ ਦਲਿਤ ਚਿੰਤਨ ਵਾਲਾ ਟੌਪਿਕ ਹੈਗਾ ਵਾ ਸਾਡਾ, ਤੇ ਇਸ ਦੇ ਵਿੱਚ ਜਿਹੜਾ ਸ਼ੁਰੂ ਕਰਦੇ ਹਾਂ ਅਸੀਂ, ਫਸਟ ਇੱਥੇ ਦੱਸਿਆ ਵਾ ਕਿ ਆਰੰਭਿਕ ਅਵਸਥਾ ਜਿਹੜੀ ਹੈਗੀ ਸੀ ਵਿੱਚ ਕੀ ਹੈਗਾ ਸੀ, ਦਲਿਤ ਸਾਹਿਤ ਦੇ ਦੋ ਉਦੇਸ਼ ਹੈਗੇ ਸੀ। ਹੁਣ ਇਸ ਤੋਂ ਪਹਿਲਾਂ ਅਸੀਂ ਇੱਕ ਆਲਰੇਡੀ ਵੀਡੀਓ ਸੀ ਮੈਂ ਅਪਲੋਡ ਕੀਤੀ ਹੋਈ ਹੈ ਦਲਿਤ ਚੇਤਨਾ ਦੇ ਬਾਰੇ। ਸੋ ਉਸ ਦੇ ਵਿੱਚ ਇਹ ਹੈ ਕਿ ਦਲਿਤਾਂ ਨੂੰ ਜਿਹੜਾ ਛੂਤ ਦਾ ਜਿਹੜਾ ਉਹਨਾਂ ਨੂੰ ਦਰਜਾ ਦਿੱਤਾ ਜਾਂਦਾ ਹੈਗਾ ਸੀ, ਕਿ ਉਹ ਛੂਤ ਮੰਨੇ ਜਾਂਦੇ ਹੈਗੇ ਸੀ, ਉਹਨਾਂ ਨੂੰ ਬਾਹਰ ਰੱਖਿਆ ਜਾਂਦਾ ਸੀ, ਹਰ ਇੱਕ ਜਗ੍ਹਾ ਤੇ ਉਹਨਾਂ ਦੇ ਨਾਲ ਕੀ ਸੀ ਭੇਦਭਾਵ ਕੀਤਾ ਜਾਂਦਾ ਸੀ। ਸੋ ਇਸ ਚੀਜ਼ ਨੂੰ ਉਹਨਾਂ ਨੇ ਕੀ ਹੈਗਾ ਸੀ ਦੂਰ ਕਰਨਾ ਸੀ। ਤੇ ਇੰਡੀਆ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਫਸਟ ਜਿਹੜੇ ਹੈਗੇ ਸੀ ਮਹਾਰਾਸ਼ਟਰ ਦੇ ਵਿੱਚ ਜ਼ਿਆਦਾਤਰ ਇਹ ਪ੍ਰਫੁੱਲਿਤ ਹੋਇਆ ਸੀ, ਜਿੱਥੋਂ ਇਹ ਹੌਲੀ ਹੌਲੀ ਬਾਕੀ ਜਿਹੜੇ ਰਾਜਾਂ ਦੇ ਵਿੱਚ ਫੈਲਦਾ ਗਿਆ। ਜੋਤੀਬਾ ਫੂਲੇ, ਅੰਬੇਦਕਰ, ਇਹਨਾਂ ਨੇ ਕਾਫੀ ਜ਼ਿਆਦਾ ਸਪੋਰਟ ਕੀਤਾ ਸੀ ਇਸ ਚੀਜ਼ ਨੂੰ। ਸੋ ਇਸ ਦੇ ਵਿੱਚ ਉਸ ਤੋਂ ਬਾਅਦ ਹੈਗਾ ਸੀ ਕਿ ਜਦੋਂ ਇਹ ਪ੍ਰਫੁੱਲਿਤ ਹੋਇਆ ਹੋਰ ਇਲਾਕਿਆਂ ਦੇ ਵਿੱਚ, ਹੋਰ ਰਾਜਾਂ ਦੇ ਵਿੱਚ, ਤਾਂ ਆਰੰਭਿਕ ਅਵਸਥਾ ਦੇ ਵਿੱਚ ਜਿਹੜੇ ਸੀ ਸਾਹਿਤ ਜਿਹੜਾ ਹੈਗਾ ਸੀ ਦਲਿਤ ਸਾਹਿਤ, ਦਲਿਤ ਇੱਥੇ ਸਾਹਿਤ ਦੇ ਬਾਰੇ ਗੱਲ ਕੀਤੀ ਗਈ ਹੈ। ਇਸ ਦੇ ਦੋ ਉਦੇਸ਼ ਹੈਗੇ ਸੀ। ਫਸਟ ਕੀ ਹੈਗਾ ਸੀ, ਪਹਿਲਾ ਦਲਿਤਾਂ ਦੀਆਂ ਜਿਹੜੀਆਂ ਸਮੱਸਿਆਵਾਂ ਬਾਰੇ ਕੀ ਸੀ ਆਵਾਜ਼ ਬੁਲੰਦ ਕਰਨਾ ਸੀ, ਕਿ ਉਹਨਾਂ ਵਾਸਤੇ ਕੁਛ ਨਾ ਕੁਛ ਇਸ ਤਰ੍ਹਾਂ ਦੀ ਰਚਨਾ ਕਰਨੀ ਹੈਗੀ ਸੀ ਜਿਸ ਵਿੱਚ ਉਹਨਾਂ ਦੀ ਸਮਾਜਿਕ ਜਿਹੜਾ ਉਹਨਾਂ ਦੇ ਨਿਆਂ ਦੀ ਮੰਗ ਤੇਜ਼ ਕੀਤੀ ਜਾਂਦੀ, ਉਹਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਿਹੜੇ ਹੀ ਜਾਣੂ ਕਰਵਾਇਆ ਜਾਏ ਸੀ। ਦੂਸਰਾ ਇਸ ਦੇ ਵਿੱਚ ਕੀ ਆ ਜਾਂਦਾ ਹੈਗਾ ਸੀ ਕਿ ਮਰਾਠੀ ਦੇ ਜਿਹੜੇ ਹੈਗੇ ਸੀ 700 ਸਾਲ ਪੁਰਾਣਾ ਜਿਹੜਾ ਹੈਗਾ ਸੀ ਕੁਲੀਨ ਸਾਹਿਤ ਨੂੰ ਨਕਾਰਨਾ। ਹੁਣ ਮਰਾਠੀ ਦੇ ਵਿੱਚ ਵੀ ਕੀ ਹੈਗਾ ਸੀ, ਬਹੁਤ ਸਾਰੀਆਂ ਕਮੀਆਂ ਪਾਈਆਂ ਜਾਂਦੀਆਂ ਨੇ ਜਿਹੜਾ ਸਾਹਿਤ ਹੈਗਾ ਵਾ, ਕਿਉਂ ਉਹ ਜਿਹੜਾ ਸਾਹਿਤ ਰਚਿਆ ਜਾਂਦਾ ਉਸ ਸਮੇਂ ਦੀ ਜਿਹੜੀ ਹਿਸਟਰੀ ਨੂੰ ਮੱਦੇ ਨਜ਼ਰ ਰੱਖ ਕੇ ਕੀਤਾ ਜਾਂਦਾ ਹੈਗਾ ਵਾ। ਇਸ ਤੋਂ ਇਲਾਵਾ ਉਸ ਸਮੇਂ ਦਾ ਜਿਹੜਾ ਹੈਗਾ ਵਾ ਅਨੁਸ਼ਾਸਨ, ਉਸ ਚੀਜ਼ ਨੂੰ ਰੱਖ ਕੇ ਜ਼ਿਆਦਾਤਰ ਲਿਖਿਆ ਜਾਂਦਾ ਜਿਸ ਦੇ ਵਿੱਚ ਕਾਫੀ ਜ਼ਿਆਦਾ ਕੁਰੀਤੀਆਂ ਆ ਜਾਂਦੀਆਂ, ਬੁਰਾਈਆਂ ਆ ਜਾਂਦੀਆਂ ਹੈਗੀਆਂ ਵਾ। ਇਸ ਚੀਜ਼ ਨੂੰ ਛੱਡਣਾ ਹੈਗਾ ਸੀ, ਇਸ ਕਰਕੇ ਸੈਕਿੰਡ ਇਹਨਾਂ ਦਾ ਇਹੋ ਹੈਗਾ ਸੀ ਕਿ ਉਹਨਾਂ ਦੇ ਜੋ 700 ਸਾਲ ਜਿਹੜਾ ਪੁਰਾਣਾ ਹੈਗਾ ਸੀ ਕੁਲੀਨ ਸਾਹਿਤ ਨੂੰ ਉਹਨਾਂ ਨੇ ਕੀ ਹੈਗਾ ਸੀ ਨਕਾਰਨਾ ਹੈਗਾ ਸੀ। ਭਾਵ ਇਸ ਸਮੇਂ ਤੱਕ ਭਾਰਤ ਭਰ ਦੇ ਵਿੱਚ ਕੀ ਹੈਗਾ ਸੀ, ਦਲਿਤ ਲੋਕ ਸਮਾਜ ਵਿਚਲੀ ਆਪਣੀ ਹੀਣੀ ਸਥਿਤੀ ਜਿਹੜੀ ਆ ਜਾਂਦੀ ਹੈ, ਛੋਟਾ ਜਿਹੜਾ ਉਹਨਾਂ ਨੂੰ ਸਮਝਿਆ ਜਾਂਦਾ ਸੀ, ਉਸ ਦੇ ਪ੍ਰਤੀ ਚੇਤਨ ਉਹ ਹੋ ਚੁੱਕੇ ਸਨ, ਅਤੇ ਇਸ ਵਿਰੁੱਧ ਕੀ ਹੈਗੇ ਸੀ ਦਲਿਤ ਜਿਹੜੇ ਆਗੂਆਂ ਦੁਆਰਾ ਵਿੰਡੇ ਸੰਘਰਸ਼ਾਂ ਦੇ ਵਿੱਚ ਇਹ ਹਿੱਸਾ ਲੈ ਲੱਗ ਪਏ ਸਨ, ਤੇ ਜਿਸ ਵਿੱਚ ਦਲਿਤ ਸਹਿਤ ਨੇ ਵੀ ਇੱਕ ਕੀ ਧਿਰ ਵਾਂਗ ਕੀ ਹੈਗਾ ਸੀ ਕਾਰਜ ਕੀਤਾ ਸੀ, ਕਿ ਉਹਨਾਂ ਦੁਆਰਾ ਜੋ ਸਾਹਿਤ ਰਚਿਆ ਜਾ ਰਿਹਾ ਹੈਗਾ ਸੀ ਉਹਨਾਂ ਨੂੰ ਵੀ ਕੀ ਹੈਗਾ ਸੀ ਉਹਨਾਂ ਨੇ ਸਪੋਰਟ ਕੀਤਾ ਸੀ ਇਸ ਦੇ ਵਿੱਚ। ਉਸ ਤੋਂ ਬਾਅਦ ਆ ਜਾਂਦਾ ਹੈਗਾ ਵਾ ਮਹਾਰਾਸ਼ਟਰ ਦੀ ਜਿਹੜੀ ਹੈਗੀ ਆ ਕਿ ਦਲਿਤ ਪੈਵਰ ਜਿਹੜੀ ਹੈਗੀ ਆ ਲਹਿਰ ਜਿਸਨੂੰ ਅਸੀਂ ਕਹਿ ਸਕਦੇ ਹਾਂ, ਤੇ ਪੰਜਾਬ ਦੀ ਜਿਹੜੀ ਆਦ ਧਰਮ ਲਹਿਰ ਹੈਗੀ ਸੀ, ਇਹ ਜਿਹੜੇ ਲਹਿਰਾਂ ਹੈਗੇ ਸੀ ਜ਼ਿਆਦਾਤਰ ਕੀ ਹੈਗੇ ਸੀ ਇਸ ਦੇ ਵਿੱਚ ਉਹਨਾਂ ਨੇ ਮੁੱਖ ਭੂਮਿਕਾ ਨਿਭਾਇਆ ਸੀ, ਤੇ ਇਹਨਾਂ ਦੇ ਜਿਹੜੀ ਕੀ ਹੈਗੇ ਸੀ ਦਲਿਤ ਚੇਤਨਾ ਦਾ ਕੀ ਹੈਗਾ ਸੀ ਨਤੀਜਾ ਸਨ, ਕਿ ਇਹਨਾਂ ਲਹਿਰਾਂ ਪਿੱਛੇ ਦਲਿਤ ਵਰਗ ਨਾਲ ਸੰਬੰਧਿਤ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਲੰਬਾ ਜਿਹੜਾ ਸੰਘਰਸ਼ ਦ੍ਰਿਸ਼ਟੀਮਾਨ ਹੁੰਦਾ ਹੈ।
ਉਸ ਤੋਂ ਬਾਅਦ ਆਉਂਦਾ ਵਾ ਪੰਜਾਬੀ ਦਲਿਤ ਚਿੰਤਨ ਦੇ ਖੇਤਰ ਵਿੱਚ। ਅਗਰ ਦੇਖਿਆ ਜਾਏ ਤਾਂ ਪੰਜਾਬੀ ਸਾਹਿਤ ਅਕੈਡਮੀ ਦਿੱਲੀ ਨੇ 1998 ਦੇ ਵਿੱਚ ਕੀ ਹੈਗੇ ਸੀ, ਦਲਿਤ ਚੇਤਨਾ ਅਤੇ ਸਾਹਿਤ ਪੁਸਤਕ ਛਾਪ ਕੇ ਹੈਗਾ ਸੀ ਦਲਿਤ ਚਿੰਤਨ ਦਾ ਕੀ ਸੀ ਆਰੰਭ ਕੀਤਾ ਸੀ, ਜਿਹੜਾ ਕਿ ਅਜੋਕੇ ਦੌਰ ਵਿੱਚ ਗਤੀ ਪਕੜ ਚੁੱਕੇ ਸੀ, ਕਿ ਉਸ ਸਮੇਂ ਉਹਨਾਂ ਨੇ ਜੋ ਸਾਹਿਤ ਛਾਪਿਆ ਸੀ ਉਸਦੇ ਵਿੱਚ ਵੀ ਕੀ ਹੈਗਾ ਸੀ ਦਲਿਤਾਂ ਦਾ ਜੋ ਉਹਨਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਸੰਘਰਸ਼ ਕਰਨ ਪ੍ਰਤੀ ਉਹਨਾਂ ਨੂੰ ਚੇਤਨ ਕਰਨਾ ਹੈਗਾ ਸੀ, ਤੇ ਇਹ ਆਪਣੇ ਦੌਰ ਦੇ ਵਿੱਚ ਕੀ ਹੈਗਾ ਸੀ ਜਦੋਂ ਉਹ ਟਾਈਮ ਹੈਗਾ ਸੀ ਗਤੀ ਪਕੜ ਚੁੱਕਿਆ ਸੀ। ਇਸ ਚਿੰਤਨ ਵਿੱਚ ਪਹਿਲਾ ਮਸਲਾ ਕੀ ਹੈਗਾ ਸੀ, ਦਲਿਤ ਪਛਾਣ ਦਾ ਉੱਭਰ ਕੇ ਸਾਹਮਣੇ ਆਉਂਦਾ ਹੈ, ਦਲਿਤ ਕਿਸ ਨੂੰ ਮੰਨਿਆ ਜਾਵੇ। ਹੁਣ ਇਸ ਦੇ ਵਿੱਚ ਇਹ ਜਦੋਂ ਦੇਖਿਆ ਜਾਂਦਾ, ਹੁਣ ਤੁਸੀਂ ਅੱਜ ਦੇ ਜ਼ਮਾਨੇ ਵਿੱਚ ਵੀ ਦੇਖੋ ਤਾਂ ਅਗਰ ਤੁਸੀਂ ਜਾਤਾਂ ਦੀ ਵੰਡ ਕੀਤੀ ਜਾਂਦੀ ਹੈ ਤਾਂ ਕਈ ਕਨਫਿਊਜ਼ ਹੋ ਜਾਂਦਾ ਕਿ ਇਹ ਜਾਤ ਨੀਵੀਂ ਜਾਤ ਦੇ ਵਿੱਚ ਆਉਂਦਾ, ਇਹ ਜਾਤ ਉੱਚੀ ਜਾਂਦੀ ਹੈ, ਕਾਸਟ ਦੀ ਪ੍ਰੋਬਲਮ ਕਾਫੀ ਜ਼ਿਆਦਾ ਹੋ ਜਾਂਦੀ ਹੈਗੀ ਆ। ਸੋ ਇਸ ਚੀਜ਼ ਨੂੰ ਪਹਿਲਾਂ ਕਲੈਰੀਫਾਈ ਕਰਨਾ ਪਏਗਾ, ਤੇ ਇਹ ਚੀਜ਼ਾਂ ਜਿਹੜੀ ਕਲੈਰੀਫਾਈ ਹੁੰਦੀਆਂ ਨੇ ਇਹ ਜਿਹੜੇ ਸਰਕਾਰ ਦੁਆਰਾ ਜੋ ਅਧਿਕਾਰ ਦਿੱਤੇ ਜਾਂਦੇ ਨੇ ਤੁਹਾਨੂੰ ਉਹਨਾਂ ਦੇ ਵਿੱਚ ਜੋ ਜਾਤਾਂ ਨਿਸ਼ਚੇ ਕੀਤੀਆਂ ਜਾਂਦੀਆਂ ਹੈਗੀਆਂ ਨੇ। ਵੈਸੇ ਤਾਂ ਸਾਡਾ ਸੰਵਿਧਾਨ ਜਾਤਾਂ ਵਗੈਰਾ ਨੂੰ ਨਹੀਂ ਮੰਨਦਾ, ਉਸਦੇ ਲਈ ਸਾਰੇ ਬਰਾਬਰ ਹੈਗੇ ਨੇ, ਬਟ ਜਿਹੜੀ ਕਈ ਹੈਗੇ ਆ ਦਲਿਤਾਂ ਨੂੰ ਜ਼ਿਆਦਾਤਰ ਅਧਿਕਾਰ ਦਿੱਤੇ ਜਾਂਦੇ ਹੈਗੇ ਆ, ਫਿਰ ਇਸ ਚੀਜ਼ ਨੂੰ ਵੀ ਸਰਕਾਰ ਦੁਆਰਾ ਜਿਹੜੀ ਮਾਨਤਾ ਦਿੱਤੀ ਜਾਂਦੀ ਹੈਗੀ ਆ। ਸੋ ਇਸ ਚੀਜ਼ ਨੂੰ ਪਹਿਲਾਂ ਹੈਗਾ ਸੀ ਕਿ ਅਸੀਂ ਪਛਾਣਨਾ ਕਿ ਦਲਿਤ ਕਿਹੜੇ ਹੈਗੇ ਨੇ, ਜਾਤੀਗਤ ਅਤੇ ਆਰਥਿਕ ਤੌਰ ਤੇ ਜਿਹੜੇ ਜਿਹੜੇ ਲਿਤਾੜੇ ਹੈਗੇ ਸੀ ਲੁੱਟੇ ਪੁੱਟੇ ਜਾਂਦੇ ਵਰਗ ਨੂੰ, ਜਾਂ ਇਸ ਵਿੱਚ ਭਾਰਤੀ ਸਮਾਜ ਦੀਆਂ ਉਹਨਾਂ ਸਮੁੱਚੀਆਂ ਦਮਿਤ ਧਿਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਜਿਹੜੀਆਂ ਆਰਥਿਕ ਪੱਖੋਂ ਕਮਜ਼ੋਰ ਹਨ। ਹੁਣ ਦਲਿਤ ਇੱਕ ਤਾਂ ਉਹ ਜਾਂਦੇ ਹੈਗੇ ਆ ਕਿ ਜਿਨ੍ਹਾਂ ਨੂੰ ਛੋਟਾ ਮੰਨਿਆ ਜਾਂਦਾ ਹੈਗਾ ਵਾ, ਫਿਰ ਗੱਲ ਇਹ ਆਉਂਦੀ ਹੈ ਕਿ ਇਸ ਦੇ ਵਿੱਚ ਉਹ ਵੀ ਸ਼ਾਮਿਲ ਕੀਤੇ ਜਾਣ ਜਿਹੜੇ ਆਰਥਿਕ ਪੱਖੋਂ ਵੀ ਕਮਜ਼ੋਰ ਹੈਗੇ ਨੇ। ਸੋ ਇਸ ਚੀਜ਼ ਨੂੰ ਪਹਿਲਾਂ ਉਹਨਾਂ ਨੇ ਕੀ ਹੈਗਾ ਸੀ ਖਤਮ ਕਰਨਾ ਸੀ ਕਿ ਦਲਿਤ ਕੌਣ ਹੁੰਦੇ ਨੇ। ਉਸ ਤੋਂ ਬਾਅਦ ਆਉਂਦਾ ਹੈਗਾ ਵਾ ਦਲਿਤ ਪਛਾਣ ਦੇ ਮਸਲੇ ਸੰਬੰਧੀ ਕੀ ਹੈਗਾ ਵਾ, ਡਾਕਟਰ ਸਰਬਜੀਤ ਸਿੰਘ ਦਾ ਵਿਚਾਰ ਹੈ ਕਿ ਇਹ ਉਹ ਵਰਗ ਹੈ ਜਿਹੜਾ ਸਦੀਆਂ ਤੋਂ ਪੈਦਾਵਾਰੀ ਸਾਧਨਾ ਸਮਾਜਿਕ ਰੁਤਬੇ ਅਤੇ ਸੱਭਿਆਚਾਰਕ ਜਿਹੜਾ ਗੌਰਵ ਹੈਗਾ ਸੀ ਧਾਰਮਿਕ ਆਧਾਰ ਰਾਜਨੀਤਿਕ ਆਧਾਰਾਂ ਦੇ ਕਲਾਵਾਂ ਤੋਂ ਪਿਛੁਨਿਆ ਵਰਗ ਹੈਗਾ ਵਾ। ਸੋ ਸਰਬਜੀਤ ਸਿੰਘ ਹੈਗੇ ਆ ਉਹਨਾਂ ਨੇ ਇਸ ਚੀਜ਼ ਨੂੰ ਕਲੈਰੀਫਾਈ ਕੀਤਾ ਹੈ ਕਿ ਅਸੀਂ ਦਲਿਤ ਵਰਗ ਉਸ ਚੀਜ਼ ਨੂੰ ਕਹਿ ਸਕਦੇ, ਉਸ ਵਰਗ ਨੂੰ ਕਹਿ ਸਕਦੇ ਨੇ ਜਿਹਨਾਂ ਨੂੰ ਹਰ ਪੱਖੋਂ ਜਿਹੜਾ ਵਾਂਝਾ ਰੱਖਿਆ ਜਾਂਦਾ ਹੈ, ਚਾਹੇ ਉਹ ਜਿਹੜੇ ਸਾਧਨ ਹੁੰਦੇ ਨੇ ਪੈਦਾਵਾਰੀ ਜਿਹੜੇ ਹੁੰਦੇ ਆ, ਉਸ ਤੋਂ ਬਾਅਦ ਜਿਹੜਾ ਸਮਾਜ ਵਿੱਚ ਉਹਨਾਂ ਨੂੰ ਰੁਤਬਾ ਦਿੱਤਾ ਜਾਂਦਾ, ਸਥਾਨ ਦਿੱਤਾ ਜਾਂਦਾ, ਕਿ ਸਮਾਜ ਵਿੱਚ ਉਹਨਾਂ ਨੂੰ ਨੀਵੀਂ ਨਜ਼ਰ ਦੇ ਨਾਲ ਦੇਖਿਆ ਜਾਂਦਾ, ਇਸ ਤੋਂ ਇਲਾਵਾ ਉਹਨਾਂ ਨੂੰ ਸੱਭਿਆਚਾਰਕ ਗੌਰਵ, ਇਸ ਦੇ ਵਿੱਚ ਵੀ ਕਈ ਇਹੋ ਜਿਹੇ ਰਸਮਾਂ ਰਿਵਾਜ਼ ਹੁੰਦੇ ਜਿਸ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਹੈਗਾ, ਉਸ ਤੋਂ ਇਲਾਵਾ ਧਾਰਮਿਕ ਆਧਾਰ ਤੇ ਜਿਹੜੇ ਆਮ ਤੌਰ ਤੇ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਹ ਜਾਤਾਂ ਜਿਹੜੀਆਂ ਹੈਗੀਆਂ ਉਹ ਵੰਡੀਆਂ ਜਾਂਦੀਆਂ ਨੇ। ਰਾਜਨੀਤਿਕ ਆਧਾਰ ਤੇ ਵੀ ਹੈਗਾ ਵਾ ਕਈ ਇਹੋ ਜਿਹੇ ਹੁੰਦੇ ਅਧਿਕਾਰ ਜਿਹੜੇ ਅਸੀਂ ਨੀਵੀਆਂ ਜਮਾਤਾਂ ਨੂੰ ਨਹੀਂ ਦੇ ਸਕਦੇ। ਉਹ ਗੱਲ ਅਲੱਗ ਹੈਗਾ ਵਾ ਕਿ ਅੱਜ ਦੇ ਸੰਵਿਧਾਨ ਵਿੱਚ ਉਹਨਾਂ ਨੂੰ ਕੀ ਹੈਗਾ ਵਾ ਅਲੱਗ ਉਹਨਾਂ ਦੀਆਂ ਸੀਟਾਂ ਰੱਖੀਆਂ ਜਾਂਦੀਆਂ ਨੇ, ਜਿਸ ਦੇ ਕਰਕੇ ਕੀ ਹੈਗੇ ਆ ਉਹਨਾਂ ਨੂੰ ਹੁਣ ਥੋੜੀ ਜਿਹੀ ਪਛਾਣ ਮਿਲਣੀ ਸ਼ੁਰੂ ਹੋ ਗਈ। ਇਹ ਵੀ ਉਹਨਾਂ ਦੀ ਕੀ ਹੈਗਾ ਵਾ ਸੰਘਰਸ਼ ਦਾ ਨਤੀਜਾ ਹੈਗਾ ਵਾ। ਹੁਣ ਪੰਜਾਬੀ ਦੇ ਵਿੱਚ ਜਿਹੜਾ ਹੈਗਾ ਵਾ ਦਲਿਤ ਸਾਹਿਤ ਬਾਰੇ ਕੀ ਕਿਹਾ ਗਿਆ ਹੈ ਕਿ ਦਲਿਤ ਸ਼ਬਦ ਦੀ ਵਰਤੋਂ ਜਿਹੜੀ ਪੰਜਾਬੀ ਦੇ ਦੇਸ਼ ਸੇਵਕ ਅਖਬਾਰ ਵਿੱਚ ਮਾਰਚ 1928 ਦੇ ਵਿੱਚ ਹੋਇਆ ਮਿਲਦਾ ਹੈ। ਹੋਰ ਤਾਂ 1938 ਦੇ ਵਿੱਚ ਜਿਹੜਾ ਹੈਗਾ ਵਾ ਦਲਿਤ ਬੰਧੂ ਜਿਹੜਾ ਹੈਗਾ ਵਾ ਨਾਂ ਦਾ ਇੱਕ ਰਸਾਲਾ ਛਪਦਾ ਰਿਹਾ, ਜਿਸ ਦੇ ਸੰਪਾਦਕ ਜਿਹੜੇ ਹੈਗੇ ਸੀ ਜਸਵੰਤ ਰਾਏ ਤੇ ਪ੍ਰਿਥੀ ਸਿੰਘ ਆਜ਼ਾਦ ਸੀ। 40 ਤੋਂ ਵੱਧ ਦਲਿਤ ਕਵੀ ਜਿਨ੍ਹਾਂ ਦੇ ਵਿੱਚ ਅਸੀਂ ਕਿਹਨਾਂ ਕਿਹਨਾਂ ਦੇ ਨਾਂ ਲੈ ਸਕਦੇ ਨੇ, ਮਦਨ ਮੀਰਾ, ਗੁਰਮੀਤ, ਇਸ ਤੋਂ ਇਲਾਵਾ ਬੂਟਾ ਸਿੰਘ, ਫਿਰ ਆਇੰਦਾ ਹੈਗਾ ਬੂਟਾ ਸਿੰਘ ਅਸ਼ਾਂਤ, ਮੋਹਨ ਤਿਆਗੀ, ਕਮਲਦੀਪ ਪਾਲ ਤੇ ਜੈਪਾਲ ਆਦਿ ਜਿਹੜੇ ਹੈਗੇ ਵਾ ਪ੍ਰਮੁੱਖ ਤੇ ਮੁੱਖ ਧਾਰਾ ਦੇ ਕੀ ਹੈਗੇ ਨੇ ਕਵੀ ਹਨ। ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਹੈਗੀਆਂ ਵਾ ਦੇਸ਼ ਵਿਦੇਸ਼ ਦੀਆਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਨੇ।
ਫਿਰ ਪੰਜਾਬੀ ਕਹਾਣੀ ਵਿੱਚ ਆਪਣੀ ਨਵੇਕਲੀ ਹੁਣ ਦਲਿਤ ਦ੍ਰਿਸ਼ਟੀ ਆਉਂਦੀ ਹੈਗੀ ਇਸ ਦੀ, ਜਿਸ ਦੇ ਸਦਕਾ ਕੀ ਹੈਗਾ ਵਾ ਹੁਣ ਕਹਾਣੀ ਕੀ ਆਉਂਦੀ ਆ, ਕਹਾਣੀ ਦੇ ਵਿੱਚ ਉਹਨਾਂ ਨੇ ਉਹ ਟੌਪਿਕ ਲਏ ਹੈਗੇ ਨੇ ਜਿਨ੍ਹਾਂ ਦੇ ਵਿੱਚ ਦਲਿਤਾਂ ਬਾਰੇ ਦੱਸਿਆ ਜਾਂਦਾ ਹੈਗਾ, ਉਹਨਾਂ ਨੂੰ ਕਿਹੜੇ ਕਿਹੜੇ ਸੰਘਰਸ਼ ਕਰਨੇ ਪੈਂਦੇ ਨੇ, ਕੀ ਕੀ ਉਹਨਾਂ ਨੂੰ ਦੇਖਣਾ ਪੈਂਦਾ ਹੈਗਾ ਵਾ, ਇਹਨਾਂ ਸਾਰੇ ਬਾਰੇ ਕੀ ਹੈਗਾ ਵਾ ਉਸ ਦੇ ਵਿੱਚ ਦੱਸਿਆ ਜਾਂਦਾ, ਜਿਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰੇਮ ਕੌਰ ਕੀ, ਇਸ ਤੋਂ ਇਲਾਵਾ ਅਤਰਜੀਤ, ਫਿਰ ਆ ਜਾਂਦਾ ਵਾ ਭਗਵੰਤ ਰਸੂਲਪੁਰੀ, ਸਰੂਪ ਸਿਆਲਵੀ, ਦੇਸ ਰਾਜਕਾਲੀ, ਮੱਖਣ ਮਾਨ, ਗੁਰਮੀਤ ਕੜਿਆਵਲੀ, ਅਜਮੇਰ ਸਿੱਧੂ, ਨਛੱਤਰ ਆਦਿ ਵੀ ਜਿਹੜੇ ਹੈਗੇ ਆ ਉੱਘੜਵੇਂ ਹਸਤਾਕਰ ਹੈਗੇ ਨੇ। ਆਦਿ ਧਰਮ ਦੇ ਕ੍ਰਾਂਤੀਕਾਰੀ ਕਵੀ ਜਿਹੜੇ ਆਉਂਦੇ ਆ, ਗੁਰਦਾਸ, ਰਾਮ ਆਲਮ ਨੇ ਮੇਰਾ ਜੀਵਨਤ ਪੰਧ ਹੇਠ ਜਨਤਕ ਲਹਿਰ ਅਖਬਾਰ ਦੇ ਵਿੱਚ ਕੀ ਹੈਗੇ ਸੀ 1988 ਦੇ ਵਿੱਚ 15 ਸਵੈ ਜੀਵਨੀ ਕਾਂਡ ਕੀ ਹੈਗੇ ਸੀ ਛਪਵਾਏ ਸੀ। ਕਹਾਣੀਕਾਰ ਜੀ ਹੈਗੇ ਨੇ ਪ੍ਰੇਮ ਗੋਰਖੀ ਦੀ ਸਵੈ ਜੀਵਨੀ ਅਸੀਂ ਕਹਿ ਸਕਦੇ ਹਾਂ, ਗੈਰ ਹਾਜ਼ਰ ਆਦਮੀ 1995 ਦੇ ਵਿੱਚ ਦਲਿਤ ਸਮਾਜ ਨਾਲ ਹੁੰਦੇ ਅਨਿਆਏ ਦਾ ਜਿਹੜਾ ਹੈਗਾ ਵਾ ਵਿਸਤਾਰ ਹੈ। ਉਹਨਾਂ ਨੇ ਖੁਦ ਇਸ ਚੀਜ਼ ਨੂੰ ਕੀ ਹੈਗਾ ਉਹ ਸਵੈ ਜੀਵਨੀ ਕਹੀ, ਉਹਨਾਂ ਨੇ ਸਵੈ ਜੀਵਨੀ ਕੀ ਹੁੰਦੀ ਹੈ ਖੁਦ ਹੰਡਾਈ ਹੁੰਦੀ ਹੈ, ਖੁਦ ਦੇ ਬਾਰੇ ਲਿਖਿਆ ਹੁੰਦਾ ਵਾ। ਸੋ ਇਸ ਦੇ ਵਿੱਚ ਉਹਨਾਂ ਨੇ ਉਹ ਚੀਜ਼ਾਂ ਦੱਸੀਆਂ ਹੈਗੀਆਂ ਵਾ ਜੋ ਉਹਨਾਂ ਨੇ ਉਸ ਸਮੇਂ ਮਹਿਸੂਸ ਕੀਤੀਆਂ ਸੀ, ਚਾਹੇ ਉਹ ਖੁਦ ਇਸ ਦੇ ਵਿੱਚ ਆਪਣੇ ਆਪ ਨੂੰ ਗਿਣ ਕੇ ਦੇਖ ਰਹੇ ਹੋਣਗੇ, ਤੇ ਇਸ ਕਰਕੇ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਹੈ। ਉਸ ਤੋਂ ਬਾਅਦ ਆਉਂਦਾ ਵਾ ਨਕਸਲਵਾਦੀ ਜਿਹੜੇ ਕਵੀ ਹੈਗੇ ਆ, ਲਾਲ ਸਿੰਘ ਦੇ ਸਰੂਪ ਸਿਆਲਵੀ ਦੀ ਸਵੈ ਜੀਵਨੀ ਜਲਾਲਤ, ਉਸ ਤੋਂ ਬਾਅਦ ਅਤਰਜੀਤ ਦੀ ਅੱਗ ਦਾ ਦੁੱਧ ਤੇ ਮੀਤ ਖੜੜਾ ਦੀ ਸਵੈ ਜੀਵਨੀ ਜਿਹੜਾ ਹੈਗਾ ਵਾ ਤਿਨਕਾ ਤਿਨਕਾ ਆਲਣਾ ਪੜਨ ਯੋਗ ਹਨ, ਬਲਬੀਰ ਮਾਧੋਪੁਰੀ ਦੀ। ਇਸ ਤੋਂ ਬਾਅਦ ਆਇੰਦਾ ਹੈਗਾ ਵਾ ਛਾਂਗਿਆ ਰੁੱਖ ਹੈ। ਸੋ ਇਹ ਸੀ ਟੌਪਿਕ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਵਾ ਕਿ ਪੰਜਾਬੀ ਦੇ ਵਿੱਚ ਅਗਰ ਦੇਖੀਏ ਤਾਂ ਇਹਨਾਂ ਨੇ ਸਪੋਰਟ ਕੀਤਾ, ਇਹਨਾਂ ਨੇ ਦਲਿਤ ਜਿਹੜਾ ਚਿੰਤਨ ਦੇ ਬਾਰੇ ਦੱਸਿਆ ਹੈਗਾ ਵਾ। ਤੇ ਬਾਕੀ ਜਿਹੜੇ ਹੋਣਗੇ ਨੈਕਸਟ ਦੇ ਵਿੱਚ, ਸੋ ਵੀਡੀਓ ਜ਼ਰੂਰ ਦੇਖੋ। ਥੈਂਕ ਯੂ।